ਸਬਸਕ੍ਰਾਈਬ ਕਰੋ ਖਤਰਾ LSI ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ। ਹਾਂਜੀ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਫੋਨ ਦੇ ਕੈਮਰੇ 'ਚ ਇੱਕ ਤੋਂ ਵੱਧ ਫੋਟੋਆਂ ਕਿਵੇਂ ਖਿੱਚ ਸਕਦੇ ਹੋ, ਸਿਰਫ ਇੱਕ ਕਲਿੱਕ 'ਚ 20 ਫੋਟੋਆਂ ਕਿਵੇਂ ਖਿੱਚ ਸਕਦੇ ਹੋ। ਤਾਂ ਜੀ, MI ਦਾ ਫੋਨ ਆ, ਰੈਡਮੀ ਦਾ। ਜਿਵੇਂ ਤੁਸੀਂ ਕਿਸੇ ਕਲਾਕਾਰ ਨਾਲ ਜਾਂ ਕਿਸੇ ਨੇਤਾ ਨਾਲ ਆਪਣੀ ਫੇਵਰੇਟ ਪਰਸਨੈਲਿਟੀ ਨਾਲ ਫੋਟੋ ਖਿੱਚਦੇ ਹਾਂ, ਕਈ ਵਾਰ ਉਹ ਸਾਫ਼ ਨਹੀਂ ਆਉਂਦੀ, ਤਾਂ ਉੱਥੇ ਤੁਸੀਂ ਕੀ ਕਰਨਾ, ਤਾਂ MI ਦਾ ਫੋਨ ਆ, ਜਿਵੇਂ ਜਦੋਂ ਤੁਸੀਂ ਫੋਟੋ ਖਿੱਚ ਲਿਓਗੇ ਜਿੱਥੋਂ, ਉੱਥੇ ਇੱਕ ਕਲਿੱਕ ਕਰਦੇ, ਉਹਨੂੰ ਤੁਸੀਂ ਦੱਬੀ ਰੱਖੋ। ਉਹਨੂੰ ਜਦੋਂ ਤੁਸੀਂ ਦੱਬੀ ਰੱਖੋਗੇ, ਹੋਲਡ ਕਰੋਗੇ ਦੱਬ ਕੇ, ਤਾਂ ਉਹ ਇੱਕ ਤੋਂ ਲੈ ਕੇ 20 ਤੱਕ ਫੋਟੋਆਂ ਖਿੱਚੂਗਾ, ਜਿਵੇਂ ਕਿ ਅਸੀਂ ਆਹ ਤੁਹਾਨੂੰ ਦਿਖਾ ਰਹੇ ਹਾਂ। ਇਹ ਫੋਟੋ ਖਿੱਚਾਂਗੇ ਆਪਾਂ ਇੱਥੇ, ਜਦੋਂ ਇਹਨੂੰ ਅਸੀਂ ਹੋਲਡ ਕਰਾਂਗੇ ਤਾਂ ਇੱਥੇ ਗਿਣਤੀ ਵੀ ਆਊਗੀ ਕਿ ਇੰਨੀਆਂ ਫੋਟੋਆਂ ਖਿੱਚੀਆਂ ਗਈਆਂ। ਤਾਂ ਤੁਸੀਂ ਜਦੋਂ ਵੀ ਕਿਤੇ ਫੋਟੋ ਖਿੱਚਣੀ ਹੈ ਤਾਂ ਦੇਖੋ, ਲਗਭਗ 15 ਫੋਟੋਆਂ ਖਿੱਚੀਆਂ ਸੀ ਇੱਥੇ ਸਿਰਫ ਇੱਕ ਕਲਿੱਕ 'ਚ। ਜਿੰਨਾ ਟਾਈਮ ਤੁਸੀਂ ਦੱਬੀ ਰੱਖੋਗੇ ਇਹਨੂੰ, ਉਨੀਆਂ ਫੋਟੋਆਂ ਖਿੱਚੀ ਜਾਊਗਾ। ਤਾਂ ਆਹ ਦੇਖੋ, 13, 14, ਇਸ ਤਰ੍ਹਾਂ ਕਿੰਨੀਆਂ ਵੀ ਤੁਸੀਂ ਫੋਟੋਆਂ ਇਹ ਖਿੱਚ ਸਕਦੇ ਹੋ ਸਿਰਫ ਇੱਕ ਕਲਿੱਕ 'ਚ MI ਦੇ ਫੋਨ 'ਚ। ਹੋਰ ਵੀ ਫੋਨ ਆਏ, ਤੁਸੀਂ ਕੈਮਰੇ ਦਾ ਇਹ MI ਦਾ ਕੈਮਰਾ ਡਾਊਨਲੋਡ ਕਰਕੇ ਫੋਟੋਆਂ ਜਿਹੜੀਆਂ ਉਹ ਖਿੱਚ ਸਕਦੇ ਹੋ। ਆਹ ਦੇਖੋ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਫੋਟੋਆਂ ਖਿੱਚੀਆਂ ਹੋਈਆਂ। ਆਹ ਦੇਖੋ ਜੀ, ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਕਲਿੱਕ 'ਚ 10, 15, 20 ਕਿੰਨੀਆਂ ਵੀ ਫੋਟੋਆਂ ਤੁਸੀਂ ਜਿਹੜੀਆਂ ਉਹ ਖਿੱਚ ਸਕਦੇ ਹੋ, ਅਤੇ ਬਹੁਤ ਚੰਗੀਆਂ ਫੋਟੋ ਆਉਂਦੀਆਂ। ਕਈ ਵਾਰ ਕੋਈ ਜਿਹੜੀ ਫੋਟੋ ਮਿਸ ਹੋ ਜਾਂਦੀ, ਅੱਖਾਂ ਮਿਸ ਜਾਂਦੀਆਂ ਜਾਂ ਕਿਤੇ ਹੋਰ ਇੰਪੋਰਟੈਂਟ ਆਪਾਂ ਫੋਟੋ ਖਿੱਚਣੀ ਹੁੰਦੀ ਹੈ, ਦੁਬਾਰਾ ਮੌਕਾ ਨਹੀਂ ਹੁੰਦਾ, ਤਾਂ ਉੱਥੇ ਤੁਸੀਂ ਇਸ ਤਰ੍ਹਾਂ ਹੋਲਡ ਕਰਕੇ, ਕੈਮਰੇ 'ਤੇ ਟੈਪ ਕਰਕੇ ਹੋਲਡ ਕਰਕੇ ਇੱਕ ਤੋਂ ਲੈ ਕੇ 20 ਤੱਕ ਫੋਟੋਆਂ ਖਿੱਚ ਸਕਦੇ ਹੋ ਸਿਰਫ ਇੱਕ ਕਲਿੱਕ 'ਚ। ਇਹ MI ਦੇ ਫੋਨ 'ਚ ਵੀ ਹੈ। ਜੇਕਰ ਤੁਹਾਡੇ ਕੋਲ ਕੋਈ ਹੋਰ ਫੋਨ ਹੈ ਤਾਂ ਤੁਸੀਂ ਪਲੇ ਸਟੋਰ 'ਚੋਂ ਹੋਰ ਕੈਮਰਾ ਡਾਊਨਲੋਡ ਕਰਕੇ ਜਾਂ ਸ਼ਿਓਮੀ ਕੈਮਰਾ ਭਰ ਕੇ ਤਾਂ ਉੱਥੇ ਤੁਸੀਂ ਕਰ ਸਕਦੇ ਹੋ। ਆਹ ਦੇਖੋ, ਜਿਵੇਂ ਆਹ ਅਸੀਂ 8 ਫੋਟੋਆਂ ਖਿੱਚੀਆਂ ਇਸ ਕਲਿੱਕ 'ਚ। ਇਸ ਤਰ੍ਹਾਂ ਤੁਸੀਂ ਕਿੰਨੀਆਂ ਵੀ ਫੋਟੋਆਂ ਜਿਹੜੀਆਂ ਉਹ ਖਿੱਚ ਸਕਦੇ ਹੋ। ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੇਅਰ ਜ਼ਰੂਰ ਕਰੋ, ਲਾਈਕ ਵੀ ਕਰੋ। ਧੰਨਵਾਦ ਜੀ।